हाथ च इंसाफ दिवाउण वाला पोस्टर फड़ ते भिज्जियां अखां नाल सड़क ते बैठी ए औरत इंसाफ लई दुहाइयां दे रही है। इस औरत दे जज्बात नूं देख इंज जापदा है कि ए औरत अपने पति तो बेहद दुखी है। मामला अमृतसर दे कोर्ट खालसा अधीन आउंदे इलाके दा जिथे रहण वाली महिला ने दस्या कि उसदे दूसरे व्याह नूं 10 साल हो गए ने अते मेरा दूसरा पति प्रिंस मेरे अते मेरी बेटियां नाल कुटमार करदा है अते नशे दा व्यापारी है, जिस संबंधी मैं कई बार पुलिस नूं शिकायत दित्ती है पर कोई कारवाई नहीं हुई, जिसके रोस वजो मेनू अज अमृतसर दे हाल गेट विखे पुलिस प्रशासन के खिलाफ रोस प्रदर्शन करना पै रहा है। कारण है कि इन्हों ने मैनू 10 साल हो गए मेरे विआह नूं, इन्होंने 7-8 बजे इन्होंने गुंडागर्दी करता रहा। प्रिंस ये प्रिंस शिवा यदा प्यो ना उसे सी एस साहब ज लगा इनू है कि अं आम पार्टी ना संबंध रखते हैं कि चल मेरी बैग हैगी कला कला मुंडा शिवा मेरा बैग प्यो रखता है सी एस साहब जो भी मर्जी मैं कर सकता हमेशा ही 10-10, 12-12 मुंडे लैके गली चौंका जी पता ये मेरे घर वाले का जा दोस्त भग भाई भाई भरा बनया वह मेरे घर वाले का ਉਹਦੇ ਨਾਲ ਦਾ ਰਹਿੰਦਾ ਹਰ ਵਕਤ ਸ਼ਿਵਾ ਦੇ ਨਾਲ ਰਹਿੰਦਾ ਅਤੇ ਇਹ ਗੁੰਡਾਗਰਦੀ ਮੇਰੇ ਘਰ ਵਾਲਾ ਦੂਜੀ ਮੈਰਿਜ ਹੋਈ ਆ ਮੇਰੇ ਪ੍ਰਿੰਸ ਦੇ ਨਾਲ ਇਹ ਗੁੰਡਾਗਰਦੀ ਇਹ ਸਮੈਕ ਵੇਚਦਾ ਮੇਰਾ ਘਰ ਵਾਲਾ ਚਿੱਟਾ ਵੀ ਵੇਚਦਾ ਹੈ ਗੋਲੀਆਂ ਕਈ ਵਾਰ ਇਹਨੇ ਰੱਖੀਆਂ ਹੁੰਦੀਆਂ ਘਰ ਚਿੱਟੇ ਚਿੱਟੀਆਂ ਗੋਲੀਆਂ ਮੁੱਠਾ ਮੁੰਡਿਆਂ ਨੂੰ ਦਿੰਦਾ ਹੈ ਘਰ 'ਚ ਮਾਰਦਾ ਕੁੱਟਦਾ ਮੇਰੀ ਬੇਟੀਆਂ ਨੂੰ ਵੀ ਗੰਦੀਆਂ ਦੀਆਂ ਗਾਲਾਂ ਵੀ ਕੱਢਦਾ ਕੁੜੀਆਂ ਨੂੰ ਮੇਰੀਆਂ 3 ਬੇਟੀਆਂ ਜੋ ਸਰ ਜੀ ਮੇਰੀ ਦੂਜੀ ਮੈਰਿਜ ਹੋਈ ਹੈ ਇਹ ਬੰਦੇ ਦੇ ਨਾਲ 2 ਬੱਚੇ ਇਹ 'ਚੋਂ ਕੁੜੀ ਅਤੇ ਮੁੰਡਾ ਇਹ ਆਪਣੇ ਆਪ ਨੂੰ ਅੰਦਰ ਪਾ ਵੀ ਦਿੰਦਾ ਹੈ ਮੇਰੀਆਂ ਕੰਧਾਂ ਨਾਲ ਟੱਕਰਾਂ ਮਾਰਦਾ ਮੇਰੀਆਂ ਕੁੜੀਆਂ ਨੂੰ ਵੀ ਕੁੱਟਦਾ ਮਾਰਦਾ ਹੈ ਇਹਦੀ ਕੰਪਲੇਂਟ ਦਿੱਤੀ ਆ ਜਿਹੜਾ ਹੈਗਾ ਨਾ ਸ਼ਿਵਾ ਇਹਦਾ ਪਾਪਾ ਉਹਨੂੰ ਕੰਪਲੇਂਟ ਨਹੀਂ ਦੇਣ ਦਿੰਦਾ ਸਪੋਰਟ ਦੇ ਦਿੰਦਾ ਜੋ ਹਮੇਸ਼ਾ ਹੀ ਜਿਹੜਾ ਸ਼ਿਵਾ ਹੈਗਾ ਹਾਂਜੀ ਆਮ ਪਾਰਟੀ ਨਾਲ ਸੰਬੰਧ ਰੱਖਦੇ ਆ ਇਹ ਆਮ ਪਾਰਟੀ ਨਾਲ ਇਹਦਾ ਵਾਲਾ ਪਾਪਾ ਉਸਲੇ ਫੋਨ ਕਰਦਾ ਮੇਰੀ ਸੁਣਾਈ ਨਹੀਂ ਹੁੰਦੀ ਮੈਂ ਉੱਦਾਂ ਹੀ ਆ ਜਾਂਦੀ ਹਾਂਜੀ ਕਮਿਸ਼ਨ ਦੇ ਗਏ ਸੀ ਉਹਨਾਂ ਨੇ ਇੱਥੇ ਮੈਨੂੰ ਮਜੀਠਾ ਰੋਡ ਦਿੱਤਾ ਉੱਥੇ ਫੈਸਲਾ ਮੰਨਣਾ ਇਹ ਮੇਰਾ ਘਰ ਵਾਲਾ ਘਰ ਆਣ ਕੇ ਫਿਰ ਗੁੰਡਾਗਰਦੀ ਮਹੱਲੇ 'ਚ ਆਣ ਕੇ ਨਕਾਰੀ ਕੀਤੀ ਜਾਂਦੀ ਹੈ ਮਹੱਲੇ ਨੂੰ ਵੀ ਪਤਾ ਕਿੱਦਾਂ ਗਲੀਆਂ 'ਚ ਧੁੰਦਾ ਕਿੱਦਾਂ ਮਾਰਦਾ ਜੋ ਮੰਗ ਇਹ ਕਿ ਇਹ ਦੋਵੇਂ ਜਿਹੜਾ ਪ੍ਰਿੰਸ ਹੈ ਇਹਨਾਂ 'ਤੇ ਪਰਚਾ ਹੋਵੇ ਇਹਦੀ ਨਕਾਰੀ ਕਰਕੇ ਇਹਦੇ ਪਰਚਾ ਹੋਵੇ ਜਿਹੜਾ ਸ਼ਿਵਾ ਹੈ ਇਹ 12-12 ਮੁੰਡੇ ਲੈ ਕੇ ਘੁੰਮਦਾ ਨੂਣ ਮਚੜੀ ਖੜਾ ਦਾ ਇਹ ਮੈਚ ਭਾਵੇਂ ਮੈਨੂੰ 3 ਦਿਨ 4 ਦਿਨ 5 ਦਿਨ ਭਾਵੇਂ ਮੇਰੀ ਇੱਥੇ ਲਾਸ਼ ਨਿਕਲ ਜਾਏ ਜਿੰਨਾ ਤੱਕ ਇਹਨਾਂ ਦੀ ਕਾਨੂੰਨ ਨਾ ਹੋਏਗੀ ਇਹ ਫੜੇ ਨਾ ਜਾਣਗੇ ਮੈਂ ਨਹੀਂ ਇੱਥੇ ਨਿਕਲਣਾ ਜੋ ਮੈਂ ਤਾਂ ਮਰਦਾ ਜੋ ਸ਼ਿਵਾ ਦੇ ਸਿਰ 'ਤੇ ਚੜ ਕੇ ਅਤੇ ਪ੍ਰਿੰਸ ਦੇ ਅਤੇ ਸ਼ਾਬੀ ਦਾ ਚੜ ਕੇ ਇਹਨਾਂ ਦੇ ਮੇਨ ਪ੍ਰਿੰਸ ਮੇਨ ਬੰਦਾ ਪ੍ਰਿੰਸ ਹੈਗਾ ਜੋ ਪ੍ਰਿੰਸ ਇਹਨਾਂ ਦੇ ਕਾਨੂੰਨੀ ਕਾਰਵਾਈ ਮੰਗੇ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਨਿਕਾਰੀ ਕੀਤੀ ਜਾਵੇ ਪ੍ਰਿੰਸ ਦੀ ਡੈਮਗੰਜ ਵਿੱਚੋਂ ਕਿੱਦਾਂ ਦਾ ਬੰਦਾ ਕਿੱਦਾਂ ਦਾ ਨਹੀਂ। इस संबंधी अमृतसर पुलिस दे एसीपी अश्विनी कुमार ने दस्या कि असी थाना कोर्ट खालसा दे एसएच नूं फोन ते हिदायत दित्ती है कि उह इस मामले संबंधी पहल दे आधार ते काम करन तां जो पीड़ित महिला दी सुनवाई कीती जावे। देखो जी हुणे पता लग्गिया हैगा बैठण ते पता लग्गिया कि उह कोई कोर्ट खालसा एरिया दी रहण वाली हैगी उह एसएचओ साहब नूं फोन ते कहता हैगा हुण कहदे कि इहदी जिहड़ी जिहड़ा वी इहदा मसला हैगा पहल दे आधार ते जिहड़ा हैगा हल करो जिहड़ा वी हैगा नाल कोर्ट खालसा नूं वी कहता हैगा ਦੋਨਾਂ ਨੇ ਜੁੜੀ ਲਾਤੀ ਹੈ ਉਹਨਾਂ ਦਾ ਜਿਹੜਾ ਵੀ ਇਹਨਾਂ ਦਾ ਮਸਲਾ ਹੈਗਾ ਉਹ ਹੱਲ ਕਰਵਾ ਦਿੰਦਾ। ਦੇਖੋ ਉਹਨੂੰ ਵੈਰੀਫਾਈ ਹੋ ਜਾਏਗਾ ਜਿਹੜਾ ਵੀ ਮਾਮਲਾ ਹੈਗਾ ਉਹਦੇ ਮੁਤਾਬਕ ਉਹਦਾ ਐਕਸ਼ਨ ਲਿਆ ਜਾਏਗਾ। ਇੱਥੇ ਵੀ ਗੱਲ ਨਸ਼ੇ ਦੀ ਹੋ ਰਹੀ ਹੈ ਸੋ ਇੰਨੀਆਂ ਖਬਰਾਂ ਦੇ ਹਿਸਾਬ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 100% ਦੇ ਵਿੱਚੋਂ 80-85 ਮਾਮਲੇ ਨਸ਼ੇ ਦੇ ਕਰਕੇ ਹੋ ਰਹੇ ਨੇ। ਇਸ ਨਸ਼ੇ ਨੇ ਲੋਕਾਂ ਦਾ ਸੁੱਖ ਚੈਨ ਘਰ ਸਭ ਕੁਝ ਬਰਬਾਦ ਕਰ ਦਿੱਤਾ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।